ਮਾਈ ਐਫ ਐਮ ਤੇ ਮੇਰੇ ਵੱਲੋਂ ਯਾਨੀ ਆਰ ਜੇ ਜੱਸੀ ਦੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਕਹਿੰਦੇ ਕਿ ਹਰ ਕੋਈ ਕਾਮਯਾਬੀ ਦੇ ਲਈ ਤੜਫਦਾ ਹੈ, ਮਿਹਨਤ ਕਰਨ ਵਾਲਾ ਮਜਬੂਰੀਆਂ ਦੇ ਨਾਲ ਲੜਦਾ ਹੈ। ਉੱਡਦੇ ਤਾਂ ਹਜ਼ਾਰਾਂ ਕਾਗਜ਼ ਨੇ ਆਸਮਾਨ ਦੇ ਵਿੱਚ, ਪਰ ਪਤੰਗ ਆਪਣੀ ਕਾਬਲੀਅਤ ਦੇ ਨਾਲ, ਆਪਣੀ ਕੈਪੇਬਿਲਿਟੀ ਦੇ ਨਾਲ ਆਸਮਾਨ ਦੇ ਵਿੱਚ ਖੜਦਾ ਹੈ ਹਜ਼ੂਰ। ਔਰ ਪੰਜਾਬੀ ਸਿਨੇਮਾ ਜਗਤ ਦੀ ਗੱਲ ਕਰੀਏ, ਮੂਵੀਜ਼ ਦੀ ਗੱਲ ਕਰੀਏ, ਤਾਂ ਉਹ ਫਿਲਮ ਵਾਕਈ ਸਫਲਤਾ ਦੀਆਂ ਉਡਾਰੀਆਂ 'ਤੇ ਖੜਦੀ ਹੈ ਜਿਸ ਦੇ 'ਚ ਕੁਝ ਜ਼ਬਰਦਸਤ ਥੀਮ ਹੁੰਦਾ। ਔਰ ਪਿਛਲੇ ਦਿਨਾਂ ਤੋਂ ਜਿਸ ਮੂਵੀ ਦੀ ਵੇਟ ਇਸ ਕਰਕੇ ਹੋ ਰਹੀ ਹੈ ਕਿਉਂਕਿ ਵੱਖਰਾ ਥੀਮ ਆਪਾਂ ਨੂੰ ਵੱਖਰਾ ਕੁਝ ਦੇਖਣ ਨੂੰ ਮਿਲੇਗਾ। ਫਿਲਮ ਦਾ ਨਾਮ ਹੈ 2x5। 11 ਜਨਵਰੀ ਨੂੰ ਆਪਣੇ ਸਾਹਮਣੇ ਹੋਏਗੀ ਉਹ ਫਿਲਮ, ਔਰ ਉਸ ਦੇ ਨਾਲ ਜੁੜੀਆਂ ਹੋਈਆਂ ਉਹ ਖਾਸ ਸ਼ਖਸੀਅਤਾਂ ਜਿਹੜੀਆਂ ਇਸ ਫਿਲਮ ਨੂੰ ਆਪਣੇ ਤੱਕ ਲੈ ਕੇ ਆ ਰਹੀਆਂ ਨੇ, ਆਪਣੇ ਨਾਲ ਨੇ। ਬਾਦਸ਼ਾਹ ਭਾਅ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ। ਥੈਂਕ ਯੂ ਭਾਅ ਜੀ। ਔਰ ਅੰਮ੍ਰਿਤ ਭਾਅ ਜੀ, ਤੁਹਾਨੂੰ ਵੀ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਤੇ ਇਸ਼ਾ ਜੀ ਆਇਆਂ ਨੂੰ ਮਾਈ ਐਫ ਐਮ ਦੇ ਵਿਹੜੇ 'ਚ। ਸਤਿ ਸ਼੍ਰੀ ਅਕਾਲ। ਓਕੇ, ਬਾਦਸ਼ਾਹ ਭਾਅ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਆਪਾਂ ਪਹਿਲਾਂ, ਤੁਹਾਡੇ ਮਾਈਕ ਚੱਕ ਲਿਓ ਕਰਾਂ। ਓਕੇ, 2x5 ਜੀ ਟ੍ਰੇਲਰ ਦੇਖਿਆ ਸਾਰਾ, ਨੋ ਡਾਊਟ ਤੁਹਾਨੂੰ ਥੀਮ ਵਾਕਈ ਵੱਖਰਾ ਲੱਗਿਆ, ਪਰ 2x5 ਟਾਈਟਲ ਨੂੰ ਤੁਸੀਂ ਕਿਵੇਂ ਜੈਲ ਕਰ ਰਹੇ ਹੋ ਇਸ ਪੂਰੇ ਥੀਮ ਦੇ ਨਾਲ? ਭਾਅ ਜੀ, ਬਹੁਤ ਆਈ ਥਿੰਕ ਜੇ ਬਹੁਤ ਬਰੀਫ 'ਚ ਮੈਂ ਤੁਹਾਨੂੰ ਦੱਸਾਂ, ਆਈ ਥਿੰਕ ਇਹਦੀ ਐਕਸਪਲੇਨੇਸ਼ਨ ਇਹੀ ਹੈ ਵੀ ਜਿਹੜਾ ਕੁਝ ਆਪਾਂ ਸਕੂਲ 'ਚ ਸਿੱਖਦੇ ਹਾਂ ਜਾਂ ਕਿਤਾਬਾਂ 'ਚੋਂ ਸਿੱਖਦੇ ਹਾਂ, ਉਹ ਕਈ ਵਾਰ ਸਕੂਲ 'ਚ ਹੀ ਰਹਿ ਜਾਂਦੀਆਂ ਨੇ ਚੀਜ਼ਾਂ, ਜਿੱਦਾਂ 2x4 ਸਾਨੂੰ ਸਿਖਾਇਆ ਜਾਂਦਾ ਨਾ ਸਕੂਲ 'ਚ, ਬਟ ਬਾਹਰਲੀ ਦੁਨੀਆ 'ਚ ਆ ਕੇ ਪਤਾ ਚੱਲਦਾ ਵੀ 2x5 ਵੀ ਹੋ ਸਕਦਾ, ਅਤੇ ਉਹ ਕਿੱਦਾਂ ਹੈਗਾ ਇਸ ਫਿਲਮ 'ਚ ਉਹ ਤੁਸੀਂ ਜਦੋਂ ਫਿਲਮ ਦੇਖੋਗੇ ਉਹ ਤੁਹਾਨੂੰ ਪਤਾ ਚੱਲੂਗਾ ਭਾਅ ਜੀ। ਅਤੇ ਅੰਮ੍ਰਿਤ ਭਾਅ ਜੀ, ਦੇਖੋ ਇੱਕ ਗੱਲ ਹੁੰਦੀ ਹੈ ਕਿ ਵੀ ਚਾਹੇ ਜਿੰਨਾ ਮਰਜ਼ੀ ਸੀਰੀਅਸ ਵਾਲਾ ਸੀਨ ਹੋਵੇ, ਪਰ ਉਹਦੀਆਂ ਹਰਕਤਾਂ ਐਸੀਆਂ ਹੁੰਦੀਆਂ ਜਿਹੜੀਆਂ ਵਿੱਚ ਕਾਮੇਡੀ ਲੋਕਾਂ ਨੂੰ ਲੱਗੇ। ਜਿਵੇਂ ਤੁਸੀਂ ਪੈਸੇ ਮੰਗਦੇ ਹੋ ਵੀਰੇ, ਸਭ ਤੋਂ ਸਸਤੀ ਕਿਹੜੀ ਹੈਗੀ ਹੈ, ਹਨਾ, ਤੁਸੀਂ ਭੋਲਾ ਜਿਹਾ ਮੂੰਹ ਬਣਾਇਆ ਹੋਇਆ ਉਹਦੇ 'ਚ, ਔਰ ਉੱਥੋਂ ਨਾ ਇੱਕ ਚੀਜ਼ ਨਾਲ ਦੀ ਨਾਲ ਦਿਮਾਗ 'ਚ ਆ ਰਹੀ ਹੈ ਯਾਰ, ਬਾਈ ਨਾ ਭਾਨ ਗਿਣ ਰਿਹਾ ਉੱਥੇ। ਇਹ ਭਾਨ ਗਿਣਨ ਦਾ ਟਾਈਮ ਉਦੋਂ ਆਉਂਦਾ ਹੁੰਦਾ ਜਦੋਂ ਆਪਾਂ ਕਾਲਜ ਦੇ ਵਿੱਚ ਯਾਰਾਂ ਦੋਸਤਾਂ ਤੋਂ ਕੌਂਟਰੀ ਵੀ ਮਾਰਨੀ ਹੁੰਦੀ ਹੈ, ਹਨਾ, ਕੌਂਟਰੀ ਮਾਰ ਕੇ, ਕੀ ਕਹਿੰਦੇ ਕੌਂਟਰੀ ਦਾ ਇਹ ਸੀਨ ਰਿਹਾ ਹੈ ਅਸਲੀਅਤ ਦੇ ਵਿੱਚ ਲਾਈਫ 'ਚ ਕੌਂਟਰੀ ਮਾਰਨ ਦਾ? ਹਾਂਜੀ ਹਾਂਜੀ, 4 ਸਾਲ ਪਹਿਲਾਂ ਆਹੀ ਕੁਛ ਹੀ ਸੀਗਾ। ਅੱਛਾ। ਹਾਂਜੀ, ਪਹਿਲਾਂ ਫਲੈਟ 'ਚ ਰਹਿਣਾ, ਫਿਰ ਪਹਿਲਾਂ ਫਲੈਟ ਦੀ ਕੌਂਟਰੀ। ਹਾਂ, ਮੇਰਾ ਖਿਆਲ ਹੈ ਇਕੱਲਾ ਮੇਰਾ ਨਹੀਂ, ਜਿੰਨੇ ਵੀ ਆਰਟਿਸਟ ਪਰਮਾਤਮਾ ਦੀ ਕਿਰਪਾ ਨਾਲ, ਅੱਜ ਸਟੋਰੀ ਬਾਦਸ਼ਾਹ ਭਾਅ ਜੀ ਇੱਥੇ ਚੰਡੀਗੜ੍ਹ ਦੇ ਨੇ ਸਮਝ ਸਕਦੇ ਨੇ ਗੱਲ ਨੂੰ, ਤੇ ਇੱਥੇ ਫਲੈਟ ਨੂੰ ਪਹਿਲਾਂ ਫਲੈਟ ਦੀ ਕੰਟਰੀ, ਫਿਰ ਜਿਹੜਾ ਤੁਸੀਂ ਕੁੱਕ ਰੱਖਿਆ ਹੋਇਆ ਫਿਰ ਉਹਦਾ ਜੀ, ਫਿਰ ਤੁਹਾਡੀ ਤੁਸੀਂ ਗਰੋਸਰੀ ਕਿੰਨੀ, ਤੁਹਾਡਾ ਰਾਸ਼ਨ ਪਾਣੀ ਕਿੰਨੇ ਦਾ ਜੀ, ਫਿਰ ਤੁਹਾਡੇ ਆਪਦੇ ਖਰਚੇ, ਫਿਰ ਤੁਹਾਡੇ ਆਪਦੇ ਪੋਕਟ ਮਨੀ ਫੰਕਸ਼ਨ ਵਾਲੀ, ਹੈ ਨਾ ਜੀ, ਫਿਰ ਤੁਸੀਂ ਕੁੰਡੀਆਂ ਲਾਉਣੇ ਹੋ, ਤੇਲ ਦੀ ਕੰਟਰੀ, ਮੰਨੋਗੇ ਨਹੀਂ, ਇੱਕ ਹਾਸੇ ਵਾਲੀ ਗੱਲ ਹੈ, ਸਾਡਾ ਮੈਂ ਚਲੋ ਨਾਂ ਤਾਂ ਨਹੀਂ ਲੈਂਦਾ, ਅੱਗੇ ਦੇ ਇੱਕ ਦੋਸਤ ਸੀ, ਉਹ ਗੱਡੀ ਦੇ ਤੇਲ ਦੇ ਪੈਸੇ ਤਾਂ ਲੈਂਦੇ ਲੈਂਦਾ ਸੀ, ਉਹ ਕਾਰ ਠੰਡੀ ਕਰਨ ਦੇ ਅੱਡ ਲੈਂਦਾ ਸੀ, ਕਹਿੰਦਾ ਇੰਨੇ ਏਸੀ ਦੇ। ਇਟਸ ਲਾਈਕ ਹਰ ਇੱਕ ਦੀ ਲਾਈਫ 'ਚੋਂ ਟਾਈਮ ਆਇਆ ਹੁੰਦਾ, ਆਉਣਾ ਚਾਹੀਦਾ ਵੀ ਹੈ, ਤੇ ਇਸ ਟਾਈਮ ਦੀ ਕਦਰ ਬੰਦਾ ਵੱਧ ਤਾਂ ਕਰਦਾ ਜੇ ਉਹ ਟਾਈਮ ਦੇਖਿਆ। ਇਹ ਵੀ ਗੱਲ ਹੈਗੀ ਹੈ। ਅੱਛਾ ਈਸ਼ਾ, ਜਿਵੇਂ ਪੂਰੀ ਓਵਰਆਲ ਫਿਲਮ 'ਚ ਪਤਾ ਲੱਗਦਾ ਕਿ ਵੀ ਯਾਰ ਪੜ੍ਹਨ ਤੋਂ ਬਾਅਦ ਜਦੋਂ ਜੋਬ ਨਹੀਂ ਮਿਲਦੀ ਹੈਗੀ, ਉਸ ਦੇ ਅਰਾਊਂਡ ਇਸ ਥੀਮ ਜਿਹੜਾ ਉਹ ਹੈਗਾ, ਅਤੇ ਈਸ਼ਾ ਪੜ੍ਹਾਈ ਤੋਂ ਬਾਅਦ ਤੁਸੀਂ ਕਿੰਨੇ ਕੁ ਧੱਕੇ ਖਾਧੇ ਆ? ਮੈਂ ਓਨੈਸਟਲੀ ਦੱਸਾਂ ਤਾਂ ਮੈਂ ਜੇ ਮੈਂ ਸਾਰਾ ਸੱਚ ਦੱਸਦਾ ਨਾ ਤਾਂ ਸ਼ਾਇਦ ਪਤਾ ਲੱਗੇ ਫਿਰ ਵੀ ਨਾ ਕੋਈ ਦੇਖਣਾ। ਮੈਂ ਖੈਰ ਰੱਬ ਦੀ ਕਿਰਪਾ ਨਾਲ ਮੈਨੂੰ ਓਨੇ ਧੱਕੇ ਨਹੀਂ ਖਾਣੇ ਪਏ, ਬਟ ਹਾਂ ਮੈਂ ਆਪਣੇ ਹਿੱਸੇ ਦੀ ਸਟਰਗਲ ਕੀਤੀ ਹੈ, ਐਂਡ ਪੜ੍ਹਾਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਮੈਂ ਆਪ ਆਪਣਾ ਕਾਲਜ ਨਹੀਂ ਕੀਤਾ ਕਿਉਂਕਿ ਮੈਂ 12th ਤੋਂ ਬਾਅਦ ਹੀ ਫਿਲਮ ਦੇ ਸੈੱਟ 'ਤੇ ਪਹੁੰਚ ਗਈ ਸੀਗੀ, ਸੋ ਉਸ ਤੋਂ ਬਾਅਦ ਮੈਨੂੰ ਲੱਗਿਆ ਚਲੋ ਪੜ੍ਹਾਈ ਤਾਂ ਕਰਦੇ ਕਿ ਕੁਛ ਕਮਾ ਸਕੀ, ਕਮਾਉਣ ਲੱਗ ਗਈ ਹਾਂ ਮੈਂ ਹੁਣ, ਬਟ ਇਹ ਸੱਚ ਨਹੀਂ ਹੈਗਾ। ਪੜ੍ਹਾਈ ਦੀ ਬਹੁਤ ਜ਼ਰੂਰਤ ਹੈ, ਇਹਨਾਂ ਨੂੰ ਹੁਣ ਪਤਾ ਲੱਗ ਰਿਹਾ, ਐਜੂਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਠੀਕ ਹੈ। ਪ੍ਰੈਕਟੀਕਲੀ ਵੀ ਤੁਸੀਂ ਸਿੱਖਦੇ ਹੋ, ਉਹ ਅਲੱਗ ਚੀਜ਼ ਹੈ, ਜਿਹੜਾ ਤੁਸੀਂ ਕਿਤਾਬਾਂ ਤੋਂ ਬਾਹਰ ਨਿਕਲ ਕੇ ਸਿੱਖਦੇ ਹੋ, ਉਹ ਮੈਨੂੰ ਓਬਵੀਅਸਲੀ ਮੈਨੂੰ ਲੱਗਦਾ ਹੈ ਕਿ ਇਹ ਮੈਸੇਜ ਨਹੀਂ ਅਸੀਂ ਕਨਵੇ ਕਰ ਰਹੇ ਕਿ ਤੁਸੀਂ PhD ਕਰ ਲਿਆ ਤਾਂ ਤੁਹਾਨੂੰ ਯੂ ਨੋ ਉਹ ਵੇਸਟ ਹੈ ਤੁਹਾਡੇ ਲਈ, ਉਹ ਵੇਸਟ ਨਹੀਂ ਹੈਗਾ, ਉਹ ਤੁਹਾਡੇ ਕੰਮ ਆਊਗਾ, ਨਾਲੇ ਕਿਸਮਤ ਵੀ ਹੁੰਦੀ ਹੈ, ਔਰ ਜਿਹੜੀ ਸਟਰਗਲ ਹੈ ਇਹ ਉਸ ਬਾਰੇ ਹੈ, ਐਂਡ ਇੰਟਰਟੇਨਿੰਗ ਵੀ ਹੈਗੀ ਹੈ ਫਿਲਮ, ਡਿਫਰੈਂਟ ਕੋਨਸੈਪਟ ਹੈਗਾ, ਸਭ ਤੋਂ ਵੱਡੀ ਗੱਲ ਹੈ ਤੁਸੀਂ ਰਿਲੇਟ ਕਰ ਸਕਦੇ ਹੋ। ਸੋ ਦੇਖੋ, ਮੈਂ ਸੀਰੀਅਸ ਤੌਰ ਤੇ ਦੇਖਿਆ ਪ੍ਰੋਡਿਊਸਰ ਦੀ ਹਾਲਤ ਵਿਆਹ ਦੇ ਉਸ ਲਾੜੇ ਦੇ ਪਿਓ ਵਰਗੀ ਹੁੰਦੀ ਹੈ, ਜਿਹਦੇ ਕੋਲ ਪੈਸੇ ਵਾਲਾ ਝੋਲਾ ਹੁੰਦਾ, ਜਿਹਨੇ ਪੈਸੇ ਲੈਣੇ ਉਧਰ ਤੁਰ ਪੈਂਦਾ ਮੂੰਹ ਚੱਕ ਕੇ ਕਿ ਬਈ ਯਾਰ ਚਲੋ ਬਈ ਲਾੜੇ ਦੇ ਡੈਡੀ ਕੋਲ ਚਲੋ। ਤੁਹਾਨੂੰ ਇਹ ਵਾਕਈ ਫੀਲ ਹੋਇਆ ਕਿ ਯਾਰ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਐਸੀਆਂ ਲੱਗੀਆਂ, ਅੱਛਾ ਪ੍ਰੋਡਿਊਸਰ ਇਹ ਵੀ ਕਰਦਾ, ਇਹ ਵੀ ਕਰਨਾ ਪੈਂਦਾ, ਇਹ ਵੀ ਕਰਨਾ ਪੈਂਦਾ, ਸਾਰਾ ਕੁਛ ਹੀ ਸਾਰਾ ਕੁਛ ਭਾਈ ਏਦਾਂ ਲੱਗਿਆ ਨਹੀਂ।
ਮਤਲਬ ਮੈਂ ਪਹਿਲਾਂ ਵੀ ਪ੍ਰੋਡਿਊਸ ਕੀਤੀ ਸੀ ਅਰਦਾਸ ਕੋ ਪ੍ਰੋਡਿਊਸ ਕੀਤੀ ਸੀ ਬਟ ਉਦੋਂ ਮੇਰਾ ਨਾ ਇਨਵੋਲਵਮੈਂਟ ਇੰਨਾ ਜ਼ਿਆਦਾ ਨਹੀਂ ਸੀ ਅੱਛਾ ਉਦੋਂ ਆਈ ਵਾਜ਼ ਮੋਰ ਲਾਈਕ ਅ ਫਾਈਨੈਂਸਰ ਮੈਨੂੰ ਪ੍ਰੋਜੈਕਟ 'ਚ ਬਿਲੀਵ ਸੀਗਾ ਕਿ ਗਿੱਪੀ ਭਾਅ ਜੀ ਦੇ ਨਾਲ ਮਿਲ ਕੇ ਮੈਂ ਪ੍ਰੋਡਿਊਸ ਕੀਤੀ ਸੀ ਬਟ ਇਸ ਵਾਰੀ ਮੈਨੂੰ ਪਤਾ ਲੱਗਿਆ ਵੀ ਉਹ ਚੀਜ਼ਾਂ ਉਹ ਪੈਸੇ ਲੱਗਦੇ ਕਿੱਥੇ ਕਿੱਥੇ ਨੇ ਅਤੇ ਭਾਅ ਜੀ ਫੋਰ ਮੀ ਇਟ ਵਾਜ਼ ਅ ਲਰਨਿੰਗ ਐਕਸਪੀਰੀਅੰਸ ਮੈਨੂੰ ਪਤਾ ਸੀ ਵੀ ਜਿਹੜਾ ਕੁਛ ਮੈਂ ਜਿਹੜਾ ਕੁਛ ਵੀ ਮੈਂ ਸਪੈਂਡ ਕਰ ਰਿਹਾ ਇਟ ਇਜ਼ ਐਨ ਇਨਵੈਸਟਮੈਂਟ ਇਨ ਦ ਲਰਨਿੰਗ ਪ੍ਰੋਸੈਸ ਇੰਨਾ ਵੀ ਕੁਛ ਨਹੀਂ ਹੈ ਭਾਅ ਜੀ ਵੀ ਮੈਂ ਬਹੁਤ ਵੱਡੀ ਬਹੁਤ ਲਾਈਕ ਲਾਰਜਰ ਦੈਨ ਲਾਈਫ ਫਿਲਮ ਬਣਾਈ ਹੈ ਮੈਂ ਬਹੁਤ ਵਧੀਆ ਕੰਸੈਪਟ ਉੱਤੇ ਵੀਵ ਸਪੈਂਟ ਮਨੀ ਜਿਹੜਾ ਇਸ ਕੰਸੈਪਟ ਨੂੰ ਜਸਟੀਫਾਈ ਕਰ ਸਕੇ ਇਹਦੀ ਲੁੱਕ ਨੂੰ ਜਸਟੀਫਾਈ ਕਰ ਸਕੇ ਬਟ ਆਲਸੋ ਮੈਨੂੰ ਪਤਾ ਭਾਅ ਜੀ ਮੇਰੀ ਰਿਸਪੋਂਸੀਬਿਲਟੀ ਬਣਦੀ ਹੈ ਪੰਜਾਬੀ ਸਿਨੇਮਾ ਦੇ ਪ੍ਰਤੀ ਵਿਚ ਇਜ਼ ਟਚਿੰਗ ਸਕਾਈਜ਼ ਇੰਨੇ ਵਧੀਆ ਵਧੀਆ ਫਿਲਮਾਂ ਬਣ ਰਹੀਆਂ ਨੇ ਅਤੇ ਮੈਂ ਨਹੀਂ ਚਾਹੁੰਦਾ ਸੀ ਵੀ ਕਿਤੇ ਵੀ ਆਪਾਂ ਕੰਪਰੋਮਾਈਜ਼ ਕਰੀਏ ਲੁੱਕ ਵਾਈਜ਼ ਜਾਂ ਕਿਸ ਐਨੀ ਹਾਓ ਤੇ ਉਹ ਕੀਤਾ ਭਾਅ ਜੀ ਬਾਕੀ ਤੇ ਅਕਸਰ ਸੈੱਟ ਤੇ ਤੁਸੀਂ ਜਾਂਦੇ ਰਹਿੰਦੇ ਸੀਗੇ ਇਨਵੋਲਵਮੈਂਟ ਐਨੀ ਸੀਗੀ ਸੈੱਟ ਤੇ ਜਾਂਦੇ ਕਿ ਨਾ ਫੋਨ ਘੁਮਾ ਕੇ ਪੁੱਛ ਲੈਂਦੇ ਸੀ ਬੱਠੀ ਹੋ ਰਿਹਾ ਡਿਊਰਿੰਗ ਦ ਸ਼ੂਟ ਨਹੀਂ ਸ਼ੂਟ ਤੋਂ ਪਹਿਲਾਂ ਜਿਹੜੀ ਵੀ ਪ੍ਰੀ ਪ੍ਰੋਡਕਸ਼ਨ ਉਸ ਟਾਈਮ ਸੀਗੀ ਤੇ ਆਫਟਰ ਦ ਸ਼ੂਟ ਆਫ ਦ ਫਿਲਮ ਫੁੱਲ ਇਨਵੋਲਵਮੈਂਟ ਸੀ ਬਟ ਸ਼ੂਟਿੰਗ ਦੇ ਦੌਰਾਨ ਭਾਅ ਜੀ ਮੈਂ ਮੈਨੂੰ ਸੀਗਾ ਵੀ ਮੈਂ ਹੈਰੀ ਭੱਟੀ ਜਿਹੜੇ ਡਾਇਰੈਕਟਰ ਨੇ ਸਾਡੇ ਫਿਲਮ ਦੇ ਉਹਨਾਂ ਨੂੰ ਪੂਰੀ ਸਪੇਸ ਦਵਾਂ ਤੇ ਭਾਜੀ ਜਾਂਦੇ ਸੀ ਖਾਣਾ ਖਾਣ ਜਾਂਦੇ ਸੀ ਭਾਜੀ ਅੱਛਾ ਖਾਣੇ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਉਹ ਮੈਂ ਟੈਸਟ ਕਰਨ ਜ਼ਰੂਰ ਜਾਂਦਾ ਸੀ ਉਹਦੀ ਸ਼ਿਕਾਇਤ ਵੀ ਨਾ ਆ ਜਾਏ ਤੇ ਅੰਮ੍ਰਿਤਮਾਨ ਬਾਈ ਬਹੁਤ ਚੀਜ਼ਾਂ ਦੇ ਵਿੱਚ ਹੁਣ ਆਪਣੇ ਆਪ ਨੂੰ ਅਜ਼ਮਾ ਰਹੇ ਹੈ ਅੰਮ੍ਰਿਤਮਾਨ ਜੇ ਕੱਲ੍ਹ ਨੂੰ ਪ੍ਰੋਡਿਊਸਰ ਬਣਦੇ ਹੈ ਤਾਂ ਬਾਦਸ਼ਾਹ ਵੱਲੋਂ ਕਿਹੜੀਆਂ ਇੰਸਟਰਕਸ਼ਨਸ ਹੋਣਗੀਆਂ ਅੰਮ੍ਰਿਤ ਬਾਰੇ ਇਹ ਚੀਜ਼ ਦਾ ਖਿਆਲ ਰੱਖਣਾ ਪ੍ਰੋਡਿਊਸਰ ਬਣਦੇ ਹੋਏ ਗੁੱਡ ਕੁਐਸਚਨ ਨਹੀਂ ਭਾਜੀ ਆਈ ਥਿੰਕ ਹੀ ਇਜ਼ ਅ ਵੈਰੀ ਟੈਲੈਂਟਡ ਗਾਏ ਐਂਡ ਮੈਨੂੰ ਉਮੀਦ ਹੈ ਭਾਜੀ ਜਿਹੜੀ ਇਹਨਾਂ ਦੀ ਥਿੰਕਿੰਗ ਹੈ ਉਹ ਹੈਗੀ ਲਾਈਕ ਮੈਨੂੰ ਲੱਗਦਾ ਇਹ ਪ੍ਰੋਜੈਕਟ ਕੰਸੀਵ ਕਰ ਸਕਦੇ ਹਾਂ ਸਭ ਤੋਂ ਵੱਡਾ ਹੁੰਦਾ ਭਾਅ ਜੀ ਐਪਟੀਟਿਊਡ ਹੋਣਾ ਚਾਹੀਦਾ ਪੰਜਾਬ 'ਚ ਤੁਸੀਂ ਯੂ ਨੋ ਪੰਜਾਬ 'ਚ ਰਿਲੇਟਿਵਲੀ ਸੌਖਾ ਵੀ ਹਾਂ ਕਿੰਨੇ ਦੀ ਫਿਲਮ ਹੈ ਇੰਨੇ ਦੀ ਤਿੰਨ ਚਾਰ ਬੰਦੇ ਰਲ ਕੇ ਬਣਾ ਲਓ ਉਹ ਨਹੀਂ ਹੈ ਭਾਅ ਜੀ ਤੁਹਾਡੀ ਰਿਸਪੋਂਸੀਬਿਲਟੀ ਹੈ ਪੰਜਾਬੀ ਸਿਨੇਮਾ ਦੇ ਪ੍ਰਤੀ ਜਿਹੜੀਆਂ ਫਿਲਮਾਂ ਤੁਸੀਂ ਕਰੋਗੇ ਵਧੀਆ ਫਿਲਮਾਂ ਹੋਣੀਆਂ ਚਾਹੀਦੀਆਂ ਬਟ ਭਾਅ ਜੀ ਹੈਵ ਅ ਗ੍ਰੇਟ ਟੀਮ ਟੀਮ ਤੋਂ ਬਿਨਾਂ ਕੁਝ ਨਹੀਂ ਹੈ ਭਾਅ ਜੀ ਤੇ ਪਲੈਨਿੰਗ ਥੋੜੀ ਜਿਹੀ ਜ਼ਿਆਦਾ ਕਰਿਓ ਭਾਅ ਜੀ ਪੰਜ ਤੋਂ ਥੋੜੀ ਜਿਹੀ ਜ਼ਿਆਦਾ ਆਹੀ ਗੱਲ ਅੱਛਾ ਅੰਮ੍ਰਿਤ ਵੀਰੇ ਦੇਖੋ ਕਹਿੰਦੇ ਹੁੰਦੇ ਕਿ ਕਾਲਜ ਉਹ ਵਕਤ ਹੁੰਦਾ ਜਦੋਂ ਬੰਦੇ ਨੂੰ ਉੱਥੋਂ ਵਿਚਾਰਾਂ ਦੀ ਜਾਗ ਲੱਗਦੀ ਹੈ ਹਾਂਜੀ ਤੇ ਜਿਵੇਂ ਤੁਹਾਡੇ ਉਸ ਟਾਈਮ ਦਿਖ ਰਿਹਾ ਕਿ ਤੁਸੀਂ ਬਹੁਤਾ ਜਦੋਂ ਪੜ੍ਹ ਕੇ ਨਾ ਤੁਸੀਂ ਉਸ ਤੋਂ ਬਾਅਦ ਕਾਲਜ ਦੇ ਪਲੇ ਕਰਦੇ ਹੋਏ ਨਜ਼ਰ ਆ ਰਹੇ ਹੋ ਯਾਰਾਂ ਬੇਲੀਆਂ ਦੇ ਨਾਲ ਹਨਾ ਉਹ ਪਲੇ ਕਦੀ ਰਿਐਲਿਟੀ 'ਚ ਤੁਸੀਂ ਆਪ ਕਦੀ ਉਹਨਾਂ ਦਾ ਹਿੱਸਾ ਰਹੇ ਹੋ ਜਾਂ ਯਾਰਾਂ ਦੋਸਤਾਂ ਦੇ ਨਾਲ ਇੰਜੋਏ ਕੀਤੇ ਆ ਪਲੇ ਸਟਰੀਟ ਪਲੇ ਨੁੱਕੜ ਨਾਟਕ ਜਿਹੜੇ ਆਪਾਂ ਨੁੱਕੜ ਨਾਟਕ ਤੁਸੀਂ ਕਹਿੰਦੇ ਹੋ ਯੈਸ ਮੈਂ ਆਈ ਵਿਲ ਬੀ ਓਨੈਸਟ ਵਿਦ ਯੂ ਮੈਂ ਨਾਟਕ ਜਿਹੜੇ ਕੀਤੇ ਆ ਮੈਂ ਨਾਟਕ ਨਹੀਂ ਕੀਤੇ ਸਟੇਜ ਤੇ ਕਾਲਜ ਟਾਈਮ ਦੇ ਵਿੱਚ ਮੈਂ ਮਲਵਈ ਗਿੱਧਾ ਤੇ ਐਂਕਰਿੰਗ ਸਟੇਜ ਕੰਪੇਅਰਿੰਗ ਨਾਰਮਲੀ ਸੀ ਕਰਦੇ ਰਹਿੰਦੇ ਸੀ ਯੈਸ ਯੈਸ ਗਾਣੇ ਆਪਦੇ ਲਿਖੇ ਗਾਉਂਦਾ ਹੁੰਦਾ ਸੀ ਤੁਸੀਂ ਐਂਕਰਿੰਗ ਕੀਤੀ ਹੋਈ ਹੈ ਹਾਂਜੀ ਹਾਂਜੀ ਓ ਵੈਰੀ ਗੁੱਡ ਤੇ ਆਪਦੇ ਹੀ ਲਿਖੇ ਗਾਣੇ ਕਾਲਜ 'ਚ ਗਾਉਂਦੇ ਹੁੰਦੇ ਸੀ ਪਰ ਉਦੋਂ ਲਿਖਣ ਦਾ ਮਿਆਰ ਜਿਹੜਾ ਹੁੰਦਾ ਜਿੰਨੀ ਕੁ ਬੰਦੇ ਨੂੰ ਸਮਝ ਹੁੰਦੀ ਹੈ ਉਹਨਾਂ ਕੋ ਹੁੰਦਾ ਉਦੋਂ ਕਾਲਜ ਟਾਈਪ 'ਤੇ ਗਾਣਾ ਲਿਖ ਲਿਆ ਸਪਲੀ 'ਤੇ ਗਾਣਾ ਲਿਖ ਲਿਆ ਹੱਸ ਖੇਡ ਮਕੈਨੀਕਲ ਬਲੋਕ ਵਾਲੇ ਮੁੰਡਿਆਂ ਨੇ ਮੈਥੋਂ ਗਾਣਾ ਲਿਖਵਾ ਲਿਆ ਜੀ ਸੀ ਬਲੋਕ ਵਾਲੀਆਂ ਕੁੜੀਆਂ ਲਈ ਸੋ ਇਟਸ ਲਾਈਕ ਚੱਲਦਾ ਰਹਿੰਦਾ ਸੀ ਇੱਦਾਂ ਤੇ ਉਦਾਂ ਓਨੀ ਕੁ ਸਮਝ ਸੀ ਪਰ ਇੱਕ ਚੀਜ਼ ਮੈਂ ਜ਼ਰੂਰ ਸਿੱਖੀ ਹੈ ਚਾਹੇ ਤੁਸੀਂ ਕਾਲਜ ਟਾਈਮ ਕੁਛ ਕਰਦੇ ਹੋ ਜਾਂ ਕੇ ਕਰਦੇ ਹੋ ਟੀਮ ਵਰਕ ਬਹੁਤ ਜ਼ਰੂਰੀ ਹੈ ਕਾਲਜ ਟਾਈਮ 'ਚ ਵੀ ਮਲਵੀ ਕਿੱਦਾਂ ਕਰਦੇ ਸੀ ਨਾਲ ਮੁੰਡਿਆਂ ਦੀ ਹੈਲਪ ਨਾਲ ਸਾਰਿਆਂ ਨਾਲ ਹਨਾ ਕੋਈ ਮੈਥੋਂ ਸੀਨੀਅਰ ਸੀ ਕੋਈ ਮੈਥੋਂ ਜੂਨੀਅਰ ਸੀ ਇੱਕ ਦੂਜੇ ਦੀ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਵੀ ਡੈਡੀਕੇਸ਼ਨ ਚਾਹੀਦੀ ਹੁੰਦੀ ਸੀ 5 ਮਿੰਟ ਦਾ ਮਲਵੇ ਕਿੱਧਰ ਐਕਟ ਕਰਨ ਲਈ ਵੀ ਸੋ ਇਹ ਤਾਂ ਫਿਰ ਵੀ ਫਿਲਮ ਹੈ ਭਾਜੀ ਕਿੰਨੇ ਲੋਕਾਂ ਦੀ ਰੋਟੀ ਜੁੜੀ ਹੋਈ ਹੈ ਜਦੋਂ ਅਸੀਂ ਫਿਲਮ ਕਰਦੇ ਹਾਂ ਪ੍ਰੋਡਕਸ਼ਨ ਟੀਮ ਹੋ ਗਈ ਗਾਂ ਏਡੀਜ਼ ਹੋ ਗਏ ਏਡੀਜ਼ ਤੋਂ ਗਾਂ ਉਹਨਾਂ ਦੇ ਜੂਨੀਅਰਸ ਹੋ ਗਏ ਮਤਲਬ ਭਾਜੀ ਵਾਲੀ ਗੱਲ ਇਹ ਸੌਖਾ ਸਮੀਕਰਨ ਲਾਉਣੇ ਸਟੈਟਸ ਦੇਣੇ ਬਹੁਤ ਸੌਖੇ ਆ ਜੀ 3 ਕਰੋੜ ਲਾਗੋ ਜੀ 3 ਕਰੋੜ ਪਾ ਲਓ ਜੀ ਗੱਲ ਬਣ ਜੂਗੀ 2 ਕਰੋੜ ਦਾ ਪ੍ਰੋਫਿਟ ਹੋ ਜੂਗਾ 50-50 ਲੱਖ ਜੇਬ 'ਚ ਪੈ ਗਿਆ ਐਂਡ ਨਹੀਂ ਹੁੰਦਾ ਕੈਲਕੂਲੇਟਰ 'ਤੇ ਕਰਨਾ ਸਭ ਕੁਝ ਸੌਖਾ ਪਰ ਪ੍ਰੈਕਟੀਕਲੀ ਜਦੋਂ ਤੁਸੀਂ ਆਉਂਦੇ ਹੋ ਇੰਨੇ ਬੰਦਿਆਂ ਦਾ ਜਦੋਂ ਤੁਹਾਨੂੰ ਪਤਾ ਇੱਕ ਪ੍ਰੋਡਿਊਸਰ ਇੰਨੇ ਬੰਦਿਆਂ ਦੀ ਰੋਟੀ ਦਾ ਜ਼ਰੀਆ ਪਲੱਸ ਉਹ ਜ਼ਰੀਆ ਵੀ ਆ ਉਹਨੇ ਉਹਨਾਂ ਨਾਲ ਵੀ ਲੋਇਲ ਰਹਿਣਾ ਆਪਦੇ ਕੰਮ ਨਾਲ ਵੀ ਇਨਸਾਫ ਕਰਨਾ ਜਿਹੜੇ ਐਕਟਰਸ ਨਾਲ ਕੰਮ ਕਰ ਰਹੇ ਉਹਨਾਂ ਦੀ ਵੀ ਇੱਕ ਪ੍ਰੈਸਟੀਜ ਹੈ ਉਹਨਾਂ ਦਾ ਵੀ ਇੱਕ ਨਾਮ ਹੈ ਉਹ ਹਰਟ ਉਹ ਈਗੋ ਵੀ ਨਹੀਂ ਹਰਟ ਹੋਣੀ ਚਾਹੀਦੀ ਬਟ ਰਿਲੇਸ਼ਨ ਇੱਕ ਪੋਜ਼ਿਟਿਵਲੀ ਬਿਲਡ ਵੀ ਹੋਣਾ ਚਾਹੀਦਾ ਇੱਕ ਪ੍ਰੋਡਿਊਸਰ ਦੀਆਂ ਘੱਟੋ ਘੱਟ 150 ਤੋਂ ਉੱਪਰ ਰਿਸਪੋਂਸੀਬਿਲਟੀਜ਼ ਬਣਦੀਆਂ ਜੋ ਮੇਰਾ ਖਿਆਲ ਹੈ ਸੌਖਾ ਕੰਮ ਨਹੀਂ ਗਾ ਮੈਂ ਦੇਖਿਆ ਹੁਣ ਬਾਈ ਹੁਣ ਅਸੀਂ ਜਦੋਂ ਗੱਲ ਕਰਦੇ ਹੁੰਦੇ ਹਾਂ ਕਈ ਵਾਰੀ ਤਾਂ ਅਸੀਂ ਜਦੋਂ ਆਪਸ 'ਚ ਗੱਲ ਕਰਦੇ ਹਾਂ ਸਾਨੂੰ 4-5 ਬੰਦੇ ਲੰਘ ਜਾਂਦੇ ਆ ਕੋਈ ਬਾਈ ਕਿਸੇ ਮੀਟਿੰਗ 'ਚ ਹੁੰਦੇ ਆ ਫਿਲਮ ਦੇ ਰਿਲੇਟਡ ਮਤਲਬ ਹੈਲਦੀ ਕਨਵਰਸੇਸ਼ਨ ਹੋ ਰਹੀ ਹੁੰਦੀ ਹੈ ਇਟਸ ਨਥਿੰਗ ਲਾਈਕ ਏ ਬਟ ਸਾਨੂੰ ਮੈਨੂੰ ਵਧੀਆ ਗੱਲ ਇਹ ਲੱਗੀ ਕਿ ਜਿਹੜੀ ਟੀਮ ਦਾ ਮੈਂ ਹਿੱਸਾ ਉਹਨਾਂ ਨੂੰ ਪ੍ਰੋਫੈਸ਼ਨਲਿਜ਼ਮ ਸਿਖਾਉਣ ਦੀ ਕੋਈ ਲੋੜ ਨਹੀਂ ਸੀ ਉਹਨਾਂ 'ਚ ਹੈਗਾ ਹੀ ਆ ਸ਼ੁਰੂ ਤੋਂ ਹੀ ਹੈਗਾ ਪਿਛਲੇ ਕਾਫੀ ਟਾਈਮ ਤੋਂ ਕਰਦੇ ਪਏ ਆ ਐਂਡ ਉਲਟਾ ਮੈਨੂੰ ਸਿੱਖਣ ਨੂੰ ਮਿਲਿਆ
ਟੀਮ ਹੁੰਦੀ ਹੈ ਨਾ ਸਿਖਾਉਣ ਦੀ, ਤਾਂ ਕੀ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਯੈਸ 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 ਸੋ ਆਈ ਥਿੰਕ ਮੈਂ ਇਸ ਟੀਮ ਦਾ ਹਿੱਸਾ ਤੇ ਆਮ ਆਨਰਡ ਕਿ ਇਹਨਾਂ ਨੇ ਮੈਨੂੰ ਇਸ ਲਾਈਕ ਸਮਝ ਕੇ ਇਸ ਫਿਲਮ 'ਚ ਮੈਂ ਐਕਟ ਕਰ ਸਕਦਾ। ਵੈਰੀ ਜ਼ਿਆਦਾ ਗੱਲਾਂ ਤੁਸੀਂ ਬੋਲ, ਮੈਂ ਗੱਲ ਦੂਜੇ ਪਾਸੇ ਲੈ ਗਿਆ, ਮੈਂ ਇੰਜੋਏ ਕੀਤਾ। ਵੈਰੀ ਨਾਈਸ ਵੈਰੀ ਨਾਈਸ। ਨਹੀਂ ਤੁਸੀਂ ਔਨ ਔਨ ਪੇਪਰ ਤਾਂ ਭਾਜੀ ਪ੍ਰੋਡਿਊਸਰ ਵਾਸਤੇ ਦੋ ਦੂਣੀ ਚਾਰ ਹੀ ਹੁੰਦੇ, ਬਟ ਜਦੋਂ ਫਿਲਮ ਬਣਦੀ ਹੈ ਦੋ ਦੂਣੀ ਪੰਜ ਹੋ ਜਾਂਦੇ। ਇਹ ਗੱਲ ਹੈ ਇਸ਼ਾ, ਦੇਖੋ ਅਗਰ ਦੇਖਿਆ ਜਾਵੇ ਫਿਲਮ ਦਾ, ਫਿਲਮ ਦੇ ਨਾਲ ਜੁੜੇ ਹੋਏ ਲੋਕਾਂ ਦਾ ਮਾਹੌਲ ਬਿਲਕੁਲ ਉਸ ਆਫਿਸ ਵਰਗਾ ਹੁੰਦਾ ਜਿਹਦਾ ਬੌਸ ਚਾਹੇ ਆਫਿਸ 'ਚ ਨਾ ਹੋਵੇ, ਪਰ ਜਦੋਂ ਸਾਰੇ ਹੁੰਦੇ ਆ ਫਿਰ ਬੌਸ ਦੀਆਂ ਗੱਲਾਂ ਕਰਦੇ ਹੁੰਦੇ ਆ, ਹੈ ਉਹ ਤਾਂ ਐਵੇਂ ਉਹ ਤਾਂ ਐਵੇਂ, ਜਦੋਂ ਬਾਦਸ਼ਾਹ ਚਾਹੇ ਵਿੱਚ ਹੈ ਨਹੀਂ ਸੀ ਸ਼ੂਟਿੰਗ 'ਚ, ਉਦੋਂ ਨੇੜੇ ਤੇੜੇ ਨਹੀਂ ਹੁੰਦੀ ਸੀ, ਪਰ ਬਾਦਸ਼ਾਹ ਦੀਆਂ ਗੱਲਾਂ ਕਿਵੇਂ ਕਿਵੇਂ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਹੁੰਦੀਆਂ ਸੀ, ਇਹਨਾਂ ਬਾਰੇ ਬੋਲਣਾ ਬਾਦਸ਼ਾਹ ਭਾਈ ਤਾਂ ਐਵੇਂ ਉਵੇਂ, ਬੌਸ ਦੇ ਬਾਰੇ ਹਰ ਆਫਿਸ 'ਚ ਨਾ ਬੌਸ ਬਾਰੇ ਗੱਲਾਂ ਹੁੰਦੀਆਂ ਨੇ ਆਪਸ। ਅੱਛਾ ਸਭ ਤੋਂ ਵਧੀਆ ਗੱਲ ਹੈ ਨਾ, ਗੱਲਾਂ ਕਿਉਂ ਨਹੀਂ ਹੋਈਆਂ, ਕਿਉਂਕਿ ਖਾਣਾ ਪਹਿਲੇ ਦਿਨ ਤੋਂ ਬਹੁਤ ਵਧੀਆ ਸੀ। ਆ ਵੀ ਠੀਕ ਹੈ, ਜੋ ਅਸੀਂ ਖਾਂਦੇ ਸੀ ਸਵਾਦ ਆ ਜਾਂਦਾ ਸੀ, ਰਾਜੀ ਸਾਡੇ ਘਰੇ ਸਿਖਾਇਆ ਵੀ ਚਲੋ ਜੋ ਕੁਛ ਵੀ ਹੋ ਜਾਏ ਖਾਣਾ ਤਾਂ ਵਧੀਆ ਦੋ। ਰੋਟੀ ਖਾਂਦੇ ਸੀ ਸਵਾਦ ਹੁੰਦਾ ਸੀ, ਫਿਰ ਆ ਚੰਗੀਆਂ 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 ਗੱਲਾਂ। ਮੈਂ ਜਦੋਂ ਭਾਜੀ ਮੈਂ ਆਪਣੇ ਪ੍ਰੋਡਕਸ਼ਨ ਮੈਨੇਜਰ ਦੇ ਨਾਲ ਬੈਠੇ ਅਸੀਂ ਬੈਠੇ ਸੀਗੇ, ਗੁੱਗੂ ਭਾਜੀ ਨੇ ਉਹਨਾਂ ਨਾਲ, ਅਤੇ ਉਹ ਕਹਿੰਦੇ ਭਾਜੀ ਇਹ ਖਾਣੇ ਦੇ ਰੇਟਸ ਨੇ, ਖਾਣੇ ਦੇ ਰੇਟਸ ਨੇ ਸਭ ਤੋਂ ਜ਼ਿਆਦਾ ਇਹ ਪ੍ਰੈਵਲੈਂਟ ਹੈ, ਇਹ ਇੰਨੀ ਇੰਨੀ ਦੀ ਥਾਲੀ ਹੈ 'ਚ ਹੁੰਦਾ ਹੁੰਦਾ, ਪੰਜਾਬ 'ਚ ਸਾਰੇ ਯੂਜ਼ ਕਰਦੇ ਹਾਂ। ਮੈਂ ਕਿਹਾ ਅਤੇ ਫਿਰ ਮੈਂ ਕਿਹਾ ਯਾਰ ਇਹ ਖਾਣਾ, ਅਤੇ ਜਦੋਂ ਆਪਾਂ ਸੈੱਟ 'ਤੇ ਜਾਈਦਾ ਭਾਜੀ ਸਾਨੂੰ ਮਤਲਬ ਤਿੰਨ ਚਾਰ ਸਬਜ਼ੀਆਂ, ਮੈਂ ਕਿਹਾ ਸਾਰਾ ਖਾਣਾ ਸਭ ਨੂੰ ਯੂਨੀਫਾਰਮ ਹੋਣਾ ਚਾਹੀਦਾ, ਭਾਵੇਂ ਉਹ ਲਾਈਟ ਬੋਏ ਹੋ ਭਾਵੇਂ ਕੋਈ ਵੀ ਹੋਵੇ, ਅਤੇ ਭਾਜੀ ਆਈ ਮੇਡ ਸ਼ੋਰ ਖਾਣਾ ਵਧੀਆ ਹੋਵੇ। ਰਗ ਫੜ ਲਈ ਤੁਸੀਂ, ਜਿਵੇਂ ਇੱਕ ਨੂੰਹ ਜਦੋਂ ਜਾਂਦੀ ਹੈ ਨਾ ਪਤਾ ਹੁੰਦਾ ਖਾਣੇ ਥਾਣੀ ਬਣਨਾ ਲੋਕਾਂ ਦੇ ਦਿਲਾਂ 'ਚ, ਹੈ ਨਾ, ਬੰਦਿਆਂ ਨੂੰ ਰਗ ਫੜਦੇ ਨੂੰ ਸਾਰੀ ਉਮਰ ਲੰਘ ਜਾਂਦੀ ਹੈ, ਰਗ ਫੜਨੀ ਵੀ ਬੜੀ ਵਧੀਆ। ਆਈ ਥਿੰਕ ਕੁਝ ਬੇਸਿਕ ਚੀਜ਼ਾਂ ਨੇ ਭਾਜੀ, ਉਹ ਤਾਂ ਚਲੋ ਉਹ ਤਾਂ ਉਦਾਂ ਹੀ ਹਿਊਮੈਨਿਟੀ ਦੇ ਤੌਰ ਤੇ ਵਧੀਆ ਹੋ। ਹਾਂ ਇਹ ਵੀ ਚੀਜ਼ ਹੈ, ਪ੍ਰੋਫੈਸ਼ਨਲਿਜ਼ਮ ਤੋਂ ਉਹ ਪਾਸੇ ਇੱਕ ਚੀਜ਼ ਹੈ। ਹਾਂ ਇਹ ਵੀ ਗੱਲ ਹੈ। ਅੱਛਾ ਅਮਰਿਤ ਭਾਈ ਬਹੁਤ ਕੈਮਰਾ ਫੇਸ ਕੀਤਾ ਹੈ, ਕੀ ਅੱਜ ਵੀ ਇਦਾਂ ਹੁੰਦਾ ਕਿ ਸ਼ੂਟਿੰਗ ਕਰਦੇ ਹੁੰਦੇ ਦੇਖੋ ਕੋਈ ਸੀਨ ਈਜ਼ੀ ਲੱਗਦਾ ਹੁੰਦਾ ਪਰ ਅੜ ਜਾਂਦਾ, ਜਦੋਂ ਅੜ ਜਾਂਦਾ ਤਾਂ ਫਿਰ ਇੰਨਾ ਅੜ ਜਾਂਦਾ ਕਿ ਯਾਰ ਬਹੁਤ ਟਾਈਮ 'ਚ ਨਹੀਂ ਹੁੰਦਾ ਹੈਗਾ, ਉਹੀ ਉਹੀ ਹੁੰਦਾ ਕੁਝ ਨਹੀਂ ਫਿਰ ਵੀ ਅੜ ਜਾਂਦਾ, ਕਿਹੜਾ ਅੜਿਆ ਕਿ ਕਿਹੜਾ ਐਸਾ ਚੈਲੰਜਿੰਗ ਸੀਨ ਲੱਗਿਆ ਤੁਹਾਨੂੰ ਤੁਹਾਡੇ ਨਾਲ ਕੋਈ ਅੜ ਗਿਆ ਹੋਵੇ ਜਿਹੜਾ ਸੀਨ? ਮਤਲਬ ਅੜਿਆ ਨਹੀਂ, ਮਤਲਬ ਕਈ ਵਾਰੀ ਕੀ ਹੁੰਦਾ ਕਿ ਫੀਲ ਸਮਝਣ ਨੂੰ ਟਾਈਮ ਤਾਂ ਲੱਗ ਜਾਂਦਾ ਸਮਾਂ ਸਮਾਂ ਬਲਵਾਨ, ਕਈ ਕਈ ਮੈਨੂੰ ਸੀਨ ਔਖੇ ਲੱਗਦੇ, ਇੱਕ ਇਸ ਫਿਲਮ ਮੇਰੇ ਨਾਲ ਉਲਟ ਹੋਇਆ, ਜਿਹੜੇ ਮੈਨੂੰ ਬਹੁਤ ਜ਼ਿਆਦਾ ਟਫ ਲੱਗਦੇ ਸੀ ਡਰਿਆ ਹੋਇਆ ਸੀ, ਇਹਨਾਂ ਦੀ ਮੈਂ ਰਿਹਰਸਲ ਵੀ ਕੀਤੀ, ਉਹ ਬਾਬੇ ਦੀ ਕਿਰਪਾ ਨਾਲ ਛੇਤੀ ਹੋ ਗਏ, ਉਹਨਾਂ ਨੂੰ ਟਾਈਮ ਨਹੀਂ ਲੱਗਿਆ। ਕਈ ਵਾਰੀ ਸੌਖੇ ਸੀਨ ਹੁੰਦੇ ਸੀਗੇ ਉੱਥੇ, ਇੱਕ ਵਾਰੀ ਮੈਨੂੰ ਪ੍ਰੋਬਲਮ ਜ਼ਿਆਦਾ ਆਉਂਦੀ, ਮੇਰਾ ਕਈ ਵਾਰੀ ਹਾਸਾ ਨਿਕਲ ਜਾਂਦਾ ਸ਼ਾਰਟ ਕਰਦੇ ਕਰਦੇ, ਮਤਲਬ ਹੁਣ ਅਸੀਂ ਗੱਪਾਂ ਮਾਰ ਕੇ ਹਟੇ ਹੁੰਦੇ ਕੋਈ ਆਰਟਿਸਟ ਨਾਲ, ਹੈ ਨਾ, ਠੀਕ ਹੈ, ਕਈ ਵਾਰੀ ਮੈਂ ਤੇ ਕਰਨਜੀਤ ਬਾਈ ਬੈਠੇ ਗੱਲਾਂ ਮਾਰ ਕੇ ਹਟੇ, ਉਦੋਂ ਬਾਅਦ ਬਾਈ ਨਾਲ ਹੀ ਕੋਈ ਸੀਰੀਅਸ ਸੀਨ ਕਰਨਾ, ਤਾਂ ਉਹ ਇੱਕ ਬਾਈ ਦੀ ਆਦਤ ਆ, ਬਾਈ ਨੇ ਛੇੜਨਾ ਹੀ ਛੇੜਨਾ ਮੈਨੂੰ, ਜਦੋਂ ਬਾਈ ਦੇ ਹੋਇਆ ਹੁੰਦਾ ਕੈਮਰਾ ਮੇਰੇ ਵੱਲ ਹੁੰਦਾ ਤੇ ਬਾਈ ਦੀ ਬਾਈ ਆ ਨਹੀਂ ਰਿਹਾ ਹੁੰਦਾ ਵਿੱਚ, ਬਾਈ ਨੇ ਕੋਈ ਇੱਦਾਂ ਦਾ ਇੱਦਾਂ ਮੂੰਹ ਬਣਾਉਣਾ ਹੀ ਬਣਾਉਣਾ ਕਿ ਮੇਰਾ ਰੀਟੇਕ ਹੋ ਵੀ ਹੋਵੇ, ਛੱਤ ਤੇ ਸੀਨ ਹੈ ਜਿਹੜਾ ਉੱਪਰ ਨਹੀਂ ਸੀਨ ਮੈਨੂੰ ਮਨਾ ਰਹੇ ਹੁੰਦੇ, ਤੂੰ ਤਾਂ ਗਲਤ ਜਵਾਬ ਦਿੱਤਾ ਜੀ, ਬਾਲਕਨੀ ਵਾਲਾ ਉਹ ਘੱਟੋ ਘੱਟ ਹੋਏ ਚਾਰ ਪੰਜ ਵਾਰੀ, ਪੰਜੇ ਵਾਰੀ ਬਾਈ ਨੇ ਕਦੇ ਪਿੱਛੋਂ ਕੋਈ ਇਸ਼ਾਰਾ ਕਰ ਦੇਣਾ, ਅੱਛਾ, ਕਦੇ ਮੈਂ ਇਸ਼ਾਰਾ ਕਰਕੇ ਤਾਂ ਨਹੀਂ ਦੱਸ ਸਕਦਾ, ਕੋਈ ਗੱਲ ਇੱਦਾਂ ਦੀ ਕਹਿ ਦੇਣੀ, ਮਤਲਬ ਉਹਨਾਂ ਨਾਲ ਉੱਥੇ ਉੱਥੇ ਅੜ ਜਾਂਦਾ ਸੀ ਕੰਮ, ਉਹਨਾਂ ਨੂੰ ਨਾ ਨੋਟਿਸ ਕੀਤਾ ਤੁਸੀਂ ਸੀਨ ਕਰਨੇ ਵੀ ਹੋ ਨਹੀਂ ਸਕਦਾ, ਰਣਜੀਤ ਭਾਜੀ ਕਰੈਕਟਰ ਹੀ ਇਹਨਾਂ ਦਾ। ਯੈਸ ਯੈਸ ਇਸ਼ਾ, ਨਹੀਂ ਮੈਂ ਗਲਤ ਨਾਮ ਲੈਤਾ, ਗੁੱਗੂ ਤੁਹਾਡਾ ਫਿਲਮੀ ਨਾਮ ਹੈ ਕਿ ਇਹ ਫਿਲਮ 'ਚ ਨਾਮ ਤੁਹਾਡਾ ਗੁੱਗੂ ਹੈ ਕਿ ਅਮਰਿਤ ਭਾਈ ਪਿਆਰ ਨਾਲ ਬੁਲਾਉਂਦਾ ਹੁੰਦਾ? ਪਿਆਰ ਨਾਲ ਬੁਲਾਉਂਦੇ ਆ ਗੁੱਗੂ। ਅੱਛਾ, ਇਹ ਸਾਨੂੰ ਟ੍ਰੇਲਰ 'ਚ ਸਿਰਫ ਗੁੱਗੂ ਸੁਣਨ ਨੂੰ ਮਿਲਿਆ, ਗੁੱਗੂ ਤੋਂ ਇਲਾਵਾ ਹੋਰ ਵੀ ਜਾਨੂ ਜਾਂ ਮਾਨੂ ਗੁੱਗੂ ਦੇ ਪੁੱਤ, ਗੁੱਗੂ ਦੇ ਪੁੱਤ। ਵੈਰੀ ਗੁੱਡ। ਦੇਖੋ ਅਮਰਿਤ ਭਾਈ ਤੁਹਾਡਾ ਨਾ ਇੱਕ ਡਾਇਲੋਗ ਆਉਂਦਾ ਇਸ ਫਿਲਮ ਦੇ ਵਿੱਚ ਕਿ ਸਾਡੇ ਪਿੰਡ ਇਹਨਾਂ ਦੇ ਪੜ੍ਹਾਏ ਹੋਏ ਸੈਂਕੜੇ ਬੇਰੁਜ਼ਗਾਰ ਨੌਜਵਾਨ ਫਿਰਦੇ ਆ, ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਲਿਸਟ ਲੈ ਕੇ ਉਹ ਬੰਦਾ ਕਮਰੇ ਦੇ ਕੋਨੇ 'ਚ ਪਹੁੰਚ ਜਾਂਦਾ। ਦੇਖੋ ਇੱਕ ਪਿੰਡ ਦੀ ਜੇ ਆਪਾਂ ਇਹ ਤੁਸੀਂ ਇੱਕ ਪਿੰਡ ਦੀ ਲਿਸਟ ਇੱਕ ਕਮਰੇ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਗਈ, ਅਗਰ ਆਪਾਂ ਇੱਕ ਸਟੇਟ ਦੀ ਲਿਸਟ ਬਣਾਈਏ ਕਿੱਥੇ ਤੱਕ ਜਾਊਗੀ? ਮੇਰਾ ਖਿਆਲ ਹੈ ਉਹ ਤਾਂ ਲਿਸਟ ਬਣਾਉਣ ਦੀ ਵੀ ਲੋੜ ਨਹੀਂ ਜੀ, ਉਹ ਤਾਂ ਆਪਾਂ ਨੂੰ ਜੱਗ ਜ਼ਾਹਿਰ ਚੀਜ਼ ਹੈ, ਸਭ ਨੂੰ ਪਤਾ ਹੈ, ਇੱਕ ਘਰ ਦੀ ਆਪਾਂ ਕੈਲਕੂਲੇਸ਼ਨ ਬਣਾ ਲਈਏ, ਇੱਕ ਮਤਲਬ ਤਰਾਸ ਦੀ ਥਿੰਕਿੰਗ 'ਚ ਕਹਿ ਲਓ, ਅਨਫੋਰਚੁਨੇਟ ਕਹਿ ਲਓ, ਜਾਂ ਕਈ ਵਾਰੀ ਪਹਿਲਾਂ ਸ਼ੁਰੂ ਤੋਂ ਹੀ ਨਾ ਗ੍ਰਾਸ ਰੂਟ ਲੈਵਲ ਤੋਂ ਹੀ ਆਪਾਂ ਨੂੰ ਇਹ ਸਿਖਾਇਆ ਗਿਆ ਇੱਥੇ, ਮਤਲਬ ਆਪਾਂ ਨੂੰ ਪਤਾ ਨਹੀਂ ਕਿਉਂ, ਕਿ ਘਰ ਵਿੱਚ ਇੱਕ ਜੀ ਕਮਾਉਣ ਵਾਲਾ ਹੁੰਦਾ, ਚਾਰ ਖਾਣ ਵਾਲੇ ਹੁੰਦੇ ਆ, ਪਹਿਲਾਂ ਤਾਂ ਇਹ ਚੀਜ਼ ਚੇਂਜ ਕਰਨੀ ਚਾਹੀਦੀ ਹੈ, ਹਰ ਇੱਕ ਬੰਦਾ ਕਮਾ ਸਕਦਾ ਖਾ ਸਕਦਾ, ਐਂਡ ਦੂਜੀ ਗੱਲ ਆਪਣੀਆਂ ਜਿਹੜੀਆਂ ਓਪਰਚੁਨਿਟੀਜ਼ ਹੈ ਉਹ ਘੱਟ ਨਾ, ਇਹ ਸਭ ਨੂੰ ਪਤਾ। ਆਪਾਂ ਇਸ ਫਿਲਮ ਦੇ ਵਿੱਚ, ਅੱਛਾ ਇਸ ਫਿਲਮ ਦੇ ਵਿੱਚ ਮੈਂ ਕਲੀਅਰ ਕਰ ਦਿਆਂ, ਪਹਿਲੀ ਗੱਲ ਇਹਦੇ ਵਿੱਚ ਕੋਈ ਪ੍ਰੀਚਿੰਗ ਨਹੀਂ ਹੈਗੀ,
ਕਿ ਅਸੀਂ ਵੱਡੇ ਵੱਡੇ ਭਾਸ਼ਣ ਦਿੱਤੇ ਹੋਏ ਆ, ਵੱਡੇ ਵੱਡੇ ਲੈਕਚਰ ਦਿੱਤੇ ਹੋਏ ਆ, ਕਿਸੇ ਨੂੰ ਬੋਰ ਕਰਨ ਦਾ ਕੋਈ ਇਰਾਦਾ ਨਹੀਂ, ਜਿਹੜੀ ਵੀ ਗੱਲ ਕਹੀ ਹੈ ਇੱਕ ਫਨੀ ਵੇ ਥਰੂ ਕਹੀ ਹੈ ਕਿ ਲੋਕਾਂ ਨੂੰ ਇੰਜੋਏ ਵੀ ਕਰ ਸਕਣ। ਇੱਕ ਯੂਥ ਜਿਹੜਾ ਹੁਣ ਜੇ ਬੱਚੇ ਦੀ 15 ਸਾਲ ਉਮਰ ਹੈ ਉਹ ਡੂੰਘੀਆਂ ਗੱਲਾਂ ਨਹੀਂ ਸਮਝ ਸਕਦਾ, ਪਰ ਉਹ ਹੱਸ ਕੇ ਜ਼ਰੂਰ ਆਪਦੇ ਫਾਦਰ ਨੂੰ ਪੁੱਛੂਗਾ ਵੀ ਡੈਡ ਆਹ ਬੜੀ ਗੱਲ ਸੀ ਯਾਰ, ਆਹ ਕਿਵੇਂ ਕਹੀ। ਸੋ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨੂੰ ਇਹ ਫਿਲਮ ਦਿਖਾਉਣ ਜਾਇਓ। ਦੂਜੀ ਗੱਲ ਜਿਹੀ ਆਪਣੀ ਵਾਲੀ ਐਜੂਕੇਸ਼ਨ ਵਾਲੀ, ਇਹ ਫਿਲਮ ਸਾਰਾ ਕੁਛ ਹੀ ਸਮੇਟ ਦੂਗੀ ਜੀ। ਮੈਂ ਬਾਹਲੀ ਗੱਲ ਕਰਾਂ, ਲੰਬੀ ਗੱਲ ਹੋਜੂਗੀ। ਇਸ ਫਿਲਮ ਦੇ ਵਿੱਚ ਜਿਹੜੀ ਤੁਸੀਂ ਲਿਸਟ ਦੀ ਗੱਲ ਕੀਤੀ ਹੈ ਨਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਇੱਕ ਧਾਗਾ ਫੜਿਆ, ਇੱਕ ਧਾਗਾ ਬੁਣ ਕੇ, ਅਤੇ ਜਦੋਂ ਕਹਿੰਦੇ ਹੁੰਦੇ ਨਾ ਸਵੈਟਰ ਬੁਣਿਆ ਦਾ ਐਂਡ ਵਾਲਾ ਧਾਗਾ ਨਿਕਲਦਾ, ਪਿਛਲੇ ਧਾਗੇ ਦੇ ਅਤੇ ਮੂਹਰਲੇ ਧਾਗੇ ਦਾ ਆਪਸ ਲਿੰਕ ਹੋਊਗਾ, ਤੁਸੀਂ ਟੁੱਟੋਗੇ ਨਹੀਂ ਫਿਲਮ ਦੇਖਦੇ। ਯੈਸ, ਇਹ ਚੀਜ਼ ਜ਼ਰੂਰੀ ਵੀ ਹੈਗੀ ਹੈ। ਅੱਛਾ ਬਾਸ਼ਾ ਵੀਰੇ, ਦੇਖੋ ਇਸ ਫਿਲਮ ਦਾ ਨਾ ਜਿਵੇਂ ਸਾਨੂੰ ਟ੍ਰੇਲਰ ਤੋਂ ਪਤਾ ਲੱਗ ਗਿਆ ਕਿ ਬਾਈ ਪੜਿਆ, ਉਸ ਤੋਂ ਬਾਅਦ ਨਹੀਂ ਨੌਕਰੀ ਲੱਗੀ ਅਤੇ ਫਿਰ ਕੋਰਟ ਕੇਸ ਔਰ ਇਹ ਵੋ ਲੱਗਦਾ, ਪਰ ਉਹ ਹਿੱਸਾ ਨਾਲ ਨਹੀਂ ਜੁੜਦਾ ਪਿਆ ਫਿਲਮ ਦੇ। ਕਿਹੜਾ ਭਲਾ ਜਦੋਂ ਇਹ ਇਹ ਕਹਿੰਦੇ ਕਿ ਵੀ ਜੇ ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਲੱਗ ਸਕਦਾ ਹੈ ਤਾਂ ਇੱਕ ਪਕੌੜੇ ਤਲਣ ਵਾਲਾ ਐਮ ਐਲ ਏ ਸੀ, ਯਾਨੀ ਕਿ ਪੀਐਚਡੀ ਹੈਗਾ ਬੰਦਾ, ਉਹਦੀ ਥਿੰਕਿੰਗ ਉਹੋ ਜਿਹੀ ਹੈਗੀ ਹੈ ਤੇ ਪੰਜਾਬ ਦਾ ਗੱਭਰੂ ਜਵਾਨ ਮੁੰਡਾ ਕੁਛ ਵੀ ਕਰ ਸਕਦਾ। ਹਾਂ, ਇਹ ਉਹ ਥਿੰਕਿੰਗ ਹੈ। ਯੈਸ, ਤੇ ਉਹ ਲਿਮਿਟ ਨਾ ਹੋਵੇ ਵੀ ਚੱਲ ਠੀਕ ਹੈ ਨਹੀਂ ਜੋਬ ਮਿਲੀ ਕੋਈ ਚੱਕਰ ਨਹੀਂ, ਬਟ ਮੈਂ ਆਪਣੇ ਪੈਰਾਂ ਤੇ ਖੜਾ ਤੇ ਮੈਨੂੰ ਕਿਸੇ ਦੀ ਲੋੜ ਨਹੀਂ, ਤੇ ਇਹ ਵੀ ਮੈਸੇਜ ਹੈ। ਚਲੋ ਠੀਕ ਹੈ, ਕੋਈ ਕਾਰਨ ਹੈਗਾ ਤੁਹਾਨੂੰ ਜੋਬ ਨਹੀਂ ਮਿਲੀ, ਠੀਕ ਹੈ, ਵੀ ਹੈਵ ਦਿਸ ਪ੍ਰੋਬਲਮ ਅਨਇੰਪਲੋਇਮੈਂਟ ਦੀ, ਬਟ ਇਹ ਦਿਸ ਸ਼ੁਡਨਟ ਬੀ ਅ ਫੈਕਟਰ, ਇਹ ਤੁਹਾਨੂੰ ਲਿਮਿਟ ਨਹੀਂ ਕਰ ਸਕਦੀ ਆਪਣੇ ਪੈਰਾਂ ਤੇ ਖੜਾ ਹੋਣ ਲਈ, ਤੁਸੀਂ ਕੁਛ ਵੀ ਕਰ ਸਕਦੇ। ਸੋਰੀ ਮੈਂ ਤੁਹਾਨੂੰ ਕਹਿੰਦਾ, ਮਤਲਬ ਉਹਦੇ ਵਿੱਚ ਇੰਨਾ ਕੌਨਫੀਡੈਂਸ ਬਣ ਜਾਂਦਾ ਉਸ ਬੰਦੇ ਦੇ ਵਿੱਚ, ਹਾਂ, ਕੁਐਸਚਨ ਕਰ ਕਰਕੇ, ਗੱਲ ਪੁੱਛ ਪੁੱਛ ਕੇ, ਜਿਹੜੀ ਉਹਦੇ ਧੱਕੇ ਖਾ ਖਾ ਕੇ ਇੱਕ ਪੁਆਇੰਟ ਤੇ ਉਹ ਆਪਦੇ ਆਪ ਨੂੰ ਐਂ ਪ੍ਰੂਵ ਕਰ ਦਿੰਦਾ ਹੈ, ਕਹਿੰਦਾ ਯਾਰ ਜੇ ਐਂ ਹੋ ਸਕਦਾ ਤਾਂ ਫਿਰ ਐਂ ਵੀ ਹੋ ਸਕਦਾ। ਅੱਛਾ, ਆਹ ਗੱਲ ਹੈ, ਵੈਰੀ ਗੁੱਡ। ਬੇਸਿਕਲੀ ਇਹ ਕਹਿੰਦੀ ਹੈ ਫਿਲਮ, ਮੁੱਦਾ ਸੌ ਥਰਸਾ ਸਿਰੇ ਤੇ ਗੰਢ ਇਹ ਆ ਕਿ ਸਾਰੇ ਦਰਵਾਜ਼ੇ ਬੰਦ ਜ਼ਰੂਰ ਹੋ ਜਾਂਦੇ ਆ, ਫਿਰ ਇਹਦਾ ਮਤਲਬ ਇਹ ਨਹੀਂ ਗਾ ਤੁਸੀਂ ਆਪਦੇ ਆਪ ਨੂੰ ਕਾਲ ਕੋਠੜੀ 'ਚ ਬੰਦ ਹੀ ਕਰੋ। ਯੈਸ ਯੈਸ, ਯੂ ਹੈਵ ਟੂ ਗੋ ਆਊਟ ਐਂਡ ਫਾਈਟ। ਹਾਂ, ਅਤੇ ਬਾਸ਼ਾ ਵੀਰੇ ਦੇਖੋ, ਓਬਵੀਅਸ ਹੈ ਕਿ ਵੀ ਤੁਹਾਡੀ ਨਿਗਾਹ 'ਚ, ਤੁਹਾਡੇ ਜ਼ਹਿਨ 'ਚ ਫਿਲਮ ਬਣ ਰਹੀ ਹੈ ਜਦੋਂ ਇਹ ਸਾਰੀ ਸ਼ੂਟਿੰਗ ਹੋ ਰਹੀ, ਕੀ ਬਾਸ਼ਾ ਦਿਮਾਗ 'ਚ ਆਇਆ ਮੈਡਮ ਮੈਂ ਵੀ ਐਕਟਿੰਗ ਦਾ ਕੀੜਾ ਕੱਢ ਹੀ ਲਵਾਂ ਜਾ ਕੇ ਥੋੜ੍ਹਾ ਬਹੁਤ ਇੱਕ ਜਿਹੜਾ ਸਾਈਡ 'ਚ ਮਾੜਾ ਮੋਟਾ? ਮੈਨੂੰ ਐਂ ਲੱਗਦਾ ਜਿੰਨੀਆਂ ਇੰਟਰਵਿਊ ਅੱਜ ਹੋਈਆਂ, ਅੱਜ ਸ਼ਾਮ ਨੂੰ ਜਾ ਕੇ ਦੋ ਫਿਲਮਾਂ 'ਚ ਸਾਈਨ ਹੋਈਆਂ। ਅੱਛਾ, ਨਹੀਂ ਭਾਜੀ ਮੈਨੂੰ ਇਸ 'ਚ, ਇਸ ਫਿਲਮ 'ਚ ਲੱਗੇ ਨਹੀਂ ਵੀ ਮੈਂ ਕਿਤੇ ਫਿੱਟ ਹੈਗਾ। ਅੱਛਾ, ਬਟ ਆਈ ਵਾਸ ਲੱਕੀ ਇਨਫ ਭਾਜੀ, ਆਈ ਵਾਸ ਬਲੈਸਡ, ਮੈਂ ਜਿਹੜੀ ਸਟਾਰਕਾਸਟ ਜੁੜੀ ਹੋਈ ਹੈ ਇਸ ਫਿਲਮ ਦੇ ਨਾਲ, ਉਹ ਸਾਰੇ ਦੇ ਸਾਰੇ ਡਾਇਮੰਡਸ ਨੇ, ਭਾਵੇਂ ਤੁਸੀਂ ਉਹ ਕਰਮਜੀਤ ਭਾਜੀ ਲੈ ਲਓ, ਭਾਵੇਂ ਰਾਣਾ ਰਣਬੀਰ ਲੈ ਲਓ, ਈਵਨ ਦੋ ਅੰਮ੍ਰਿਤ ਭਾਜੀ ਦੀ ਫੋਰਥ ਫਿਲਮ ਹੈ, ਡਜ਼ ਇਟ ਲੁੱਕ ਲਾਈਕ ਇਟਸ, ਆਈ ਥਿੰਕ ਇਟਸ ਹਿਜ਼ ਬੈਸਟ ਵਰਕ ਟਿਲ ਡੇਟ। ਇਨਸ਼ਾਅੱਲਾ ਬਹੁਤ ਲੰਬਾ ਕਰੀਅਰ ਹੈ ਅੱਗੇ, ਬਹੁਤ ਵੱਡਾ ਕਰੀਅਰ ਹੈ, ਬਟ ਆਈ ਥਿੰਕ ਦਿਸ ਰੋਲ ਇਜ਼ ਗੋਇੰ ਟੂ ਬੀ ਰਿਮੈਂਬਰਡ। ਈਸ਼ਾ ਹੈਜ਼ ਗਰੋਨ ਲੀਪਸ ਐਂਡ ਬਾਊਂਡਸ ਫਰੋਮ ਅਰਦਾਸ ਟੂ ਹੇਅਰ, ਤੁਸੀਂ ਦੇਖੋਗੇ ਈਸ਼ਾ ਛੋਟਾ ਬਟ ਵੈਰੀ ਇੰਪੈਕਟਫੁਲ, ਜਿਹੜਾ ਉਹ ਰੋਲ ਸੀ ਮੈਨੂੰ ਨਹੀਂ ਲੱਗਦਾ ਕੋਈ ਹੋਰ ਕਰ ਸਕਦਾ ਸੀ, ਬਿਕੋਜ਼ ਉਸ ਰੋਲ 'ਚ ਇੱਕ ਨਿਊਟਰੈਲਿਟੀ ਵੀ ਚਾਹੀਦੀ ਸੀ, ਬਟ ਇੱਕ ਨਾ ਇੱਕ ਨਾ ਕੈਰੈਕਟਰ ਹੁੰਦਾ ਬੰਦੇ ਦਾ, ਜਿੱਦਾਂ ਤੁਸੀਂ ਉਹ ਕੈਰੈਕਟਰ ਸਕਰੀਨ 'ਤੇ ਲਾਉਣਾ ਹਰ ਕਿਸੇ ਦੀ ਵੀ ਗੱਲ ਨਹੀਂ ਸੀ। ਔਲਸੋ ਭਾਅ ਜੀ ਦ ਰੋਲ ਵਾਜ਼ ਵੈਰੀ ਚੈਲੇਂਜਿੰਗ, ਅਤੇ ਹੋਰ ਨਿਸ਼ਾ ਬਾਨੋ ਜੀ ਲੈ ਲਓ ਤੁਸੀਂ, ਕੋਈ ਵੀ ਐਕਟਰ ਚੱਕ ਲਓ, ਐਂਡ ਆਈ ਥਿੰਕ ਪੰਜਾਬ ਇਜ਼ ਬਲੈਸਡ ਵਿਦ ਅਮੇਜ਼ਿੰਗ ਆਰਟਿਸਟ, ਸਪੈਸ਼ਲੀ ਥੀਏਟਰ ਆਰਟਿਸਟ, ਜਿਹੜੇ ਨਵੇਂ ਮੁੰਡੇ ਨੇ, ਜਿਹੜੇ ਨਵੇਂ ਐਕਟਰਸ ਵੀ ਨੇ, ਬਹੁਤ ਵਧੀਆ ਕੰਮ ਕੀਤਾ ਬਈ ਸਾਰਿਆਂ ਨੇ। ਓ ਵੈਰੀ ਗੁੱਡ। ਅਤੇ ਅੰਮ੍ਰਿਤ ਭਾਅ ਜੀ ਦੇਖੋ, ਮੈਂ ਸਵਾਲ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਵੀ ਜਿਹੜਾ ਤੁਹਾਡਾ ਗਾਣਾ ਹੈਗਾ ਲਾਈਟਾਂ ਜੈਕਟਾਂ ਵਾਲੀਆਂ, ਉਹ ਪਹਿਲਾਂ ਕਿਸੇ ਨੇ ਗਾਇਆ ਹੋਇਆ? ਨਹੀਂ ਨਹੀਂ, ਅਸੀਂ ਉਹਦੇ ਵਿੱਚ ਕੀ ਹੈ, ਉਹ ਮੈਂ ਕਲੀਅਰ ਕਰ ਦਿੰਦਾ ਭਾਅ ਜੀ, ਉਹ ਇੱਕ ਨਾ ਐਪ ਸੀਗੀ, ਉਸ ਉਹਨਾਂ ਨੇ ਗਾਣਾ ਬਣਾਇਆ ਸੀ, ਉਹ ਗਾਣਾ ਅੰਤਰਾ ਅੰਤਰਾ ਬਾਹਰ ਆਇਆ ਸੀ, ਐਪ ਸੀ, ਐਪ ਦਾ ਮੈਂ ਨਾਂ ਚਲੋ ਨਹੀਂ ਲੈ ਸਕਦਾ ਇੱਥੇ, ਤੇ ਉਹ ਉਸ ਐਪ ਨੂੰ ਆਪਾਂ ਕੰਟੈਕਟ ਕੀਤਾ, ਤੇ ਉਹਨਾਂ ਨੂੰ ਵੀ ਆਪਾਂ ਕਿਹਾ ਵੀ ਇਹ ਗਾਣਾ ਸਾਨੂੰ ਚਾਹੀਦਾ ਆਪਣੀ ਫਿਲਮ ਵਾਸਤੇ, ਤੇ ਉਹਨਾਂ ਤੋਂ ਆਪਾਂ ਰਾਈਟਸ ਲਏ ਹਾਂ ਬਕਾਇਦਾ, ਰੀਕ੍ਰੀਏਸ਼ਨ ਰਾਈਟਸ, ਜਿਹਦੇ ਵਿੱਚ ਅੰਮ੍ਰਿਤਮਾਨ ਭਾਜੀ ਤੇ ਮੈਂ ਵੀ ਆਰ ਗੋਇੰਗ ਟੂ ਮੇਕ ਦਿਸ ਸੌਂਗ, ਤੇ ਉਹ ਗਾਣਾ, ਉਹ ਐਪ ਜਦੋਂ ਰੀਲੌਂਚ ਹੋ ਗਈ ਹੁਣ, ਉਹ ਗਾਣਾ ਉਹ ਯੂਜ਼ ਕਰਨਗੇ।
ਅਪਲੋਡ ਕੀਤਾ ਉਹਦੇ ਵਿੱਚ ਬਕਾਇਦਾ ਕ੍ਰੈਡਿਟਸ ਜਿਹੜੇ ਹੈਗੇ ਆ ਜਿਹੜੇ ਓਰੀਜਨਲ ਬੰਦੇ ਸੀਗੇ ਉਹਨਾਂ ਨੇ ਮੈਂਸ਼ਨ ਹੈਗੇ ਸੋ ਅਸੀਂ ਕੁਝ ਸਾਰਾ ਕੁਝ ਲੀਗਲੀ ਕੀਤਾ ਭਾਜੀ ਇਨਫੈਕਟ ਇਵਨ ਫਿਲਮ 'ਚ ਵੀ ਸਾਰਾ ਕੁਝ ਲੀਗਲੀ ਕੀਤਾ ਅਰੇ ਵੈਰੀ ਗੁੱਡ ਦੇਖੋ ਫਿਲਮ ਦਾ ਥੀਮ ਦਮਦਾਰ ਲੱਗ ਰਿਹਾ ਔਰ ਇੱਕ ਅਹਿਮ ਪਿੱਲਰ ਹੁੰਦਾ ਹੈ ਤੁਹਾਨੂੰ ਕਿੱਦਾਂ ਲੱਗਿਆ ਟ੍ਰੇਲਰ ਤੁਸੀਂ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਮੈਂ ਸਭ ਤੋਂ ਸਟਾਰਟਿੰਗ 'ਚ ਕਿਹਾ ਸੀਗਾ ਜੇ ਪਤੰਗ ਆਪਣੀ ਕਾਬਲੀਅਤ ਦੇ ਨਾਲ ਉੱਡਦਾ ਫਿਲਮ ਵੀ ਆਪਣੇ ਥੀਮ ਦੇ ਨਾਲ ਉੱਡਦੀ ਹੈ ਤਾਂ ਬਾਕੀ ਥੀਮ ਐਸਾ ਲੱਗ ਰਿਹਾ ਜਿਹੜਾ ਵੱਖਰਾ ਹੈ ਕੁਝ ਲੱਗਦਾ ਪਤੰਗ ਵਾਂਗੂ ਟਿਕੂਗਾ ਆਸਮਾਨ ਦੇ ਵਿੱਚ ਤੇ ਮੈਂ ਤਾਂ ਹੀ ਕਹਿ ਰਿਹਾ ਅੱਛਾ ਜਿਵੇਂ ਇੱਕ ਬੜਾ ਅਹਿਮ ਥੀਮ ਹੁੰਦਾ ਹੈ ਜਦੋਂ ਅੰਮ੍ਰਿਤਮਾਨ ਵਰਗੇ ਲੋਕ ਇਸ ਫਿਲਮ ਦੇ ਨਾਲ ਜੁੜੇਗੇ ਤਾਂ ਮਤਲਬ ਮਿਊਜ਼ਿਕ ਜ਼ਬਰਦਸਤ ਹੋਊਗਾ ਤੇ ਅੰਮ੍ਰਿਤ ਭਾਈ ਇਸ ਦੇ ਮਿਊਜ਼ਿਕ ਦੇ ਅਰਾਊਂਡ ਕਿਹੜੇ ਕਿਹੜੇ ਕੀ ਨਾਲ ਜੁੜਿਆ ਮਿਊਜ਼ਿਕ ਇਸ ਫਿਲਮ ਦੇ ਵਿੱਚ ਇੱਕ ਤਾਂ ਜੈਕਟਾਂ ਲਾਈਟਾਂ ਵਾਲੀਆਂ ਗੱਲ ਕੀਤੀ ਹੈ ਮੇਰਾ ਦੇ ਤੁਹਾਡਾ ਫੇਵਰਟ ਗਾਣਾ ਕਿਹੜਾ ਭਾਈ ਮੇਰਾ ਆਪਦਾ ਫੇਵਰਟ ਗਾਣਾ ਤਾਂ ਮੈਂ ਕਹੂੰਗਾ ਜੇ ਕਮਰਸ਼ੀਅਲ ਦੇਖਾਂ ਤਾਂ ਪੈਗ ਹੈ ਪੈਗ ਤੇ ਜੇ ਮੈਂ ਵੈਸੇ ਦੇਖਣ ਦਾ ਹੌਸਲਾ ਸੋ ਦੋਨੇ ਗਾਣੇ ਮੇਰਾ ਫੇਵਰਟ ਪੈਗ ਹੈ ਪੈਗ ਹੈ ਅੱਜ ਫਿਰ ਆ ਜਾਓ ਅੱਜ ਦੱਸ ਹੋ ਜੇ ਫਿਰ ਮਰ ਭਾਈ ਹਾਂ ਦਿਨੇ ਤਾਂ ਦੁਨੀਆ ਵਾਂਗੂ ਰਹਿੰਦਾ ਹੈ ਹਾਂ ਦਿਨੇ ਤਾਂ ਦੁਨੀਆ ਵਾਂਗੂ ਰਹਿੰਦਾ ਹੈ ਅਸਲੀ ਰੰਗ ਵਿਖਾਉਂਦਾ 8 ਵਜੇ ਤੋਂ ਬਾਅਦ ਕੁੜੇ ਜੇ ਕੱਲੀ ਦਾਰੂ ਪੀਂਦਾ ਤਾਂ ਬਚ ਜਾਣਾ ਸੀ ਉਹ ਰਿਹਾ ਪੈਗ ਚ ਘੋਲ ਕੇ ਪੀਂਦਾ ਤੇਰੀ ਯਾਦ ਕੁੜੇ ਅਰੇ ਵਾਹ ਬਹੁਤ ਵਧੀਆ ਹੋਇਆ ਵੈਰੀ ਗੁੱਡ ਤੇ ਇਸ਼ਾ ਜਾਂਦੇ ਤੁਹਾਡੇ ਅਲਫਾਜ਼ਾਂ ਦੇ ਨਾਲ ਕੀ ਆਪਣੇ ਦਿਲ ਦੀ ਗੱਲ ਜਿਹੜੇ ਲੋਕ ਇਸ ਟਾਈਮ ਮਾਇਆ ਐਫਐਮ ਤੇ ਸੁਣ ਰਹੇ ਹੈ ਔਰ ਯੂਟਿਊਬ ਤੇ ਦੇਖ ਵੀ ਰਹੇ ਹੋਏ ਤੇ ਕੀ ਆਪਣੇ ਦਿਲ ਦੀ ਗੱਲ ਕਹਿਣਾ ਚਾਹੋਗੇ ਦਿਲ ਦੀ ਗੱਲ ਰਿਗਾਰਡਿੰਗ ਫਿਲਮ ਦੇ ਅਰਾਊਂਡ ਕੀ ਗੱਲ ਕਹਿਣਾ ਚਾਹੋਗੇ ਰਿਗਾਰਡਿੰਗ ਮੌਸਮ ਸਵੇਰੇ ਬੜੀ ਠੰਡ ਸੀ ਹੁਣ ਵੀ ਬੜੀ ਠੰਡ ਨਹੀਂ ਮੈਂ ਫਿਲਮ ਲਈ ਤਾਂ ਮੈਂ ਉਹੀ ਕਹੂੰਗੀ ਕਿ ਬਹੁਤ ਜ਼ਿਆਦਾ ਮਿਹਨਤ ਨਾਲ ਬਣਾਈ ਹੈ ਸਾਰੇ ਕਹਿੰਦੇ ਹੈ ਐਂਡ ਅਸੀਂ ਮਿਹਨਤ ਕੀਤੀ ਵੀ ਹੈ ਠੀਕ ਹੈ ਅਤੇ ਉਸ ਤੋਂ ਨਹੀਂ ਮੈਂ ਇਹੀ ਕਹੂੰਗੀ ਕਿ 11 ਜਨਵਰੀ ਨੂੰ ਫਿਲਮ ਆ ਰਹੀ ਹੈ ਅਤੇ ਬਹੁਤ ਸੋਹਣੀ ਫਿਲਮ ਹੈ ਮੈਂ ਤਾਂ ਫਿਲਮ ਦੇਖੀ ਹੋਈ ਹੈ ਸੋ ਮੈਂ ਗਾਰੰਟੀ ਨਾਲ ਕਹਿ ਸਕਦੀ ਹਾਂ ਕਿ ਕੋਈ ਵੀ ਇਹ ਨਹੀਂ ਕਹੂਗਾ ਕਹੇਗਾ ਨਿਕਲ ਕੇ ਸਾਰ ਕਹਿਣਗੇ ਕਿ ਫਿਲਮ ਦੇ ਪੈਸੇ ਵਸੂਲ ਹੈ ਅਸੀਂ ਦੂਜੀ ਵਾਰੀ ਫਿਰ ਦੇਖਣੇ ਹੁਣ ਵੀ ਇਹੀ ਚਾਹੀਦਾ ਤੇ ਬਾਦਸ਼ਾਹ ਵੀਰੇ ਬਹੁਤ ਬਹੁਤ ਦਿਲੋਂ ਸ਼ੁਭ ਕਾਮਨਾਵਾਂ ਨੇ ਕਿ ਤੁਹਾਡੀ ਸੋਚ ਨੂੰ ਤੁਹਾਡੇ ਮਿਹਨਤ ਨੂੰ ਰੱਬ ਪਾਗ ਲਾਵੇ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਸੋ ਮਚ ਥੈਂਕ ਯੂ ਸ਼ਾਮ